जिथा जाए भई पला कई जैसा सतगुर सुनी दा तैसो ही मैं डीठ विछड़ियां मेले प्रभु हर दरगह का बसीठ हर नामो मंत्र दृढ़ाएं दा कट्टे हों मैं रोग नानक सतगुर तिना मिलाया जिना तुरे पिया संजोग। पंचम पातशाह दे ए पावन बचन वड्डे सतगुर दियां वड्डियां वड्याईयां नूं बयान कर रहे हैं। सतगुर मेरा बेमोहताज सतगुर मेरे सच्चा साज सतगुर कह हूँ सदबल जाया प्रगट मार्ग जिन कर दिखलाया गुर जैसा नाही को देव जिस मस्तक भाग सो लागा सेव। सच जानना गुरसिखो गुरु नानक वर्गा कोई दूजा नहीं जे होना आपो अपनी थाएं सब मुबारक अल्लाह कहो या राम कहो नाम एक है प्याले जुदा जुदा है मगर जाम एक है। सारे धर्म ग्रंथ सत्कार योग ने पीर पैगंबर अवलिए अवतार महापुरुष देवी देवते आपो अपनी थाएं मुबारक पर सिख नू गुरु घर ते इन्ना माण होवे गुरु ग्रंथ साहब वर्गा कोई नहीं दसां पातशाहियां वर्गा कोई नहीं। साहिब मेरा एको है भाई एको है। इस भावना दे नाल जीवन जीवना एक दे भरोसे भरोसा थां थां ते ना भटके तेरे भरोसे प्यारे मैं लाड लड़ाया पूले चूके बारक तू हर पिता माया। किसे प्रकार दा हृदय विच संकोच ना होवे दुचित्ती ना होवे गुरु दे प्रति कोई भुलेखा ना होवे। संसार दे विच कदे भटकना ना होवे भुलना ते भटकना ये दोवें वख वख गल्लां ने। जे कोई भुलिया होवे ना उस नूं सही राह दर्शा दईए भुले हुए दी वापसी सहज सुभाए सरल हो जांदी है। भुलिया होया जदों अपने घर आ वड़े उन्हूं भुलिया नहीं आखदे पर जे भटकिया होया जदों दुचित्ती विच खचत हो जावे परम भुलेखियां विच पै जावे तां फिर उस दी वापसी कई वेरां औखी हो जांदी है। अज संसार भुलिया होया नहीं भटकिया होया। भूले मार्ग जिन्हें बताया ऐसा गुर बड़भागी पाया। भुलिया होया एक दिन वापस आ सकता है भटकिया होया जो थां थां ते टकरां खाण दा आदि हो जावे कबरां ते दीवे भी बालदा है पंडतां ब्राह्मणां नूं हाथ भी विखांदा है गुरु ते नहीं जोशियां ते भरोसा करदा है कई प्रकार दे वर्त भी रखदा है दिन त्यौहार भी वेख के टेवे भी कढ़ाउंदा है ते होर कई प्रकार दे पखंड भी करदा है भटक जो गया एक गुरु ते भरोसा नहीं। मेरे सतगुरु सच्चे पातशाह दीन दयाल दाता जी गुरबाणी दे राही सच दे उपदेश नूं प्रगट करदे ने दृढ़ करवांदे ने। कलगीधर पातशाह दे ए पावन बचन खालसा सो शस्त्र को तारै खालसा सो दुष्ट को मारै
ਇਹ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਜਿਨ੍ਹਾਂ ਦੇ ਪੱਲੇ ਸ਼ਸਤਰ ਨੇ ਪਰ ਸ਼ਾਸਤਰ ਦੀ ਵਿਦਿਆ ਨਹੀਂ, ਉਹ ਜ਼ਾਲਮ ਹੋ ਜਾਣਗੇ, ਦੋਖੀ ਹੋ ਜਾਣਗੇ। ਅਤੇ ਜਿਨ੍ਹਾਂ ਪਾਸ ਕੇਵਲ ਸ਼ਾਸਤਰ ਦੀ ਵਿਦਿਆ ਹੈ, ਸ਼ਸਤਰ ਨਹੀਂ, ਉਹ ਨਿਰਬਲ ਹੋ ਜਾਣਗੇ, ਕਮਜ਼ੋਰ ਹੋ ਜਾਣਗੇ। ਅਤੇ ਨਿਰਬਲ ਕਮਜ਼ੋਰ ਦੀ ਰੱਖਿਆ ਸ਼ਸਤਰਧਾਰੀ ਹੀ ਕਰ ਸਕਦਾ। ਸਤਿਗੁਰਾਂ ਨੇ ਆਪਣੇ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਵੀ ਬਣਾਇਆ। ਸਤਿਗੁਰਾਂ ਨੇ ਪਹਿਲੇ ਜਾਮੇ ਦੇ ਵਿੱਚ ਜਦੋਂ ਮੁਗਲ ਬਾਦਸ਼ਾਹ ਬਾਬਰ ਦੀ ਆਮਦ ਦਾ ਜ਼ਿਕਰ ਕੀਤਾ, ਜੋ ਬਚਨ ਉਸ ਸਮੇਂ ਉਪਦੇਸ਼ ਵਜੋਂ ਗੁਰਬਾਣੀ ਵਿੱਚ ਦਰਜ ਕੀਤੇ, ਬਾਬਰ ਬਾਣੀ ਦੇ ਰੂਪ ਦੇ ਵਿੱਚ ਇਹ ਬਚਨ ਗੁਰੂ ਕੇ ਸਿੱਖ ਪੜ੍ਹਦੇ ਨੇ। ਬਹੁਤਿਆਂ ਨੇ ਦਾਅਵਾ ਕੀਤਾ ਸੀ ਹਿੰਦੁਸਤਾਨ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਕਈ ਭਾਵਨਾ ਵਾਲਿਆਂ ਨੇ ਬੇਨਤੀ ਕੀਤੀ, ਮੁਗਲਾਂ ਦੀ ਆਮਦ ਦਾ ਸਮਾਂ ਹੈ, ਕੰਨਾਂ ਵਿੱਚ ਸੋ ਪਈ ਏ, ਮੁਗਲ ਹਮਲਾਵਰ ਹੋ ਰਹੇ ਨੇ, ਬਾਬਰ ਹਿੰਦੁਸਤਾਨ 'ਤੇ ਚੜ੍ਹ ਕੇ ਆ ਰਿਹਾ। ਅਤੇ ਸਮੇਂ ਦੇ ਅਖੌਤੀ ਬ੍ਰਾਹਮਣਾਂ ਨੇ, ਵਿਦਵਾਨਾਂ ਨੇ ਬੜੇ ਦਾਅਵੇ ਕੀਤੇ ਸਨ, ਮੁਗਲ ਹਿੰਦੁਸਤਾਨ ਦਾ ਕੁਝ ਨਹੀਂ ਵਿਗਾੜ ਸਕਦੇ, ਜਦੋਂ ਆਉਣਗੇ ਐਸੇ ਮੰਤਰ ਫੂਕਾਂਗੇ ਮੁਗਲ ਅੰਨੇ ਹੋ ਜਾਣਗੇ। ਜ਼ਾਲਮ ਨੂੰ ਅੰਨਾ ਕਰਕੇ ਢਹਿ ਢੇਰੀ ਕਰ ਦਿਆਂਗੇ, ਕੇਵਲ ਬਾਤਾਂ ਸਨ। ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦਾ ਜ਼ਿਕਰ ਕੀਤਾ, ਆਸਾ ਮਹੱਲਾ ਪਹਿਲਾ ਦੇ ਸਿਰਲੇਖ ਹੇਠ ਪਾਤਸ਼ਾਹ ਦੇ ਇਹ ਪਾਵਨ ਬਚਨ ਪਵਿੱਤਰ 417 ਅੰਕ 'ਤੇ ਸੁਭਾਏਮਾਨ ਨੇ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਪਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ। ਕੋਈ ਮੁਗਲ ਨਾ ਹੋਵਾ ਅੰਧਾ, ਕਿਨੈ ਨਾ ਪਰਚਾ ਲਾਇਆ। ਜਿਨ੍ਹਾਂ ਨੇ ਦਾਅਵੇ ਕੀਤੇ ਸਨ ਜ਼ਾਲਮ ਜਦੋਂ ਹਿੰਦੁਸਤਾਨ 'ਤੇ ਚੜ੍ਹਾਈ ਕਰਨਗੇ, ਮੰਤਰ ਪੜ੍ਹਾਂਗੇ, ਅੱਖਾਂ ਅੰਨੀਆਂ ਹੋ ਜਾਣਗੀਆਂ, ਕੁਝ ਨਾ ਹੋਇਆ। ਜਦੋਂ ਬਾਬਰ ਨੇ ਹਿੰਦੁਸਤਾਨ 'ਤੇ ਚੜ੍ਹਾਈ ਕੀਤੀ, ਇੱਥੇ ਤਾਂ ਬ੍ਰਾਹਮਣਾਂ ਦੇ ਸਾਰੇ ਅੰਧ ਵਿਸ਼ਵਾਸ ਦੇ ਵਿੱਚ ਹੱਥ 'ਤੇ ਹੱਥ ਧਰ ਕੇ ਬੈਠੇ ਹਿੰਦੁਸਤਾਨੀ ਮੁਗਲਾਂ ਦੇ ਅੰਨੇ ਹੋਣ ਦਾ ਇੰਤਜ਼ਾਰ ਕਰਦੇ ਰਹੇ। ਅਤੇ ਉੱਥੇ ਮੁਗਲ ਬਾਰੂਦ ਲੈ ਕੇ ਜਦੋਂ ਹਿੰਦੁਸਤਾਨ 'ਤੇ ਪਹਿਲੀ ਵਾਰ ਚੜ੍ਹਿਆ, ਅਤੇ ਇਤਿਹਾਸ ਗਵਾਹ ਏ, ਹਿੰਦੁਸਤਾਨ ਦੇ ਵਿੱਚ ਪਰਲੋ ਆ ਗਈ। ਹਰ ਪਾਸੇ ਇੰਨਾ ਕੁ ਰੱਤ ਵਗਿਆ, ਸਤਿਗੁਰਾਂ ਨੂੰ ਪੁਕਾਰ ਕਰਨੀ ਪਈ। ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਬਾਬਰ ਨੇ ਆਪਣੀ ਹਸਤ ਲਿਖਤ ਕਿਤਾਬ ਦੇ ਵਿੱਚ ਇਹ ਜ਼ਿਕਰ ਕੀਤਾ, ਜਿਸ ਕਿਤਾਬ ਦਾ ਨਾਮ ਹੈ ਤੁਜਕੇ ਬਾਬਰੀ। ਜਿਵੇਂ ਜਹਾਂਗੀਰ ਨੇ ਆਪਣੀ ਹਸਤ ਲਿਖਤ ਕਿਤਾਬ ਤੁਜਕੇ ਜਹਾਂਗੀਰੀ ਦੇ ਵਿੱਚ ਬਹੁਤ ਕੁਝ ਸਿੱਖ ਧਰਮ ਦੇ ਖਿਲਾਫ਼, ਗੁਰੂ ਘਰ ਦੇ ਖਿਲਾਫ਼ ਆਪਣੀ ਹਵਾੜ, ਆਪਣੇ ਅੰਦਰ ਦਾ ਜ਼ਹਿਰ ਪ੍ਰਗਟ ਕੀਤਾ ਨਾ, ਤੁਜਕੇ ਬਾਬਰੀ ਦੇ ਵਿੱਚ ਮੁਗਲ ਬਾਦਸ਼ਾਹ ਬਾਬਰ ਆਪ ਪਿਆ ਲਿਖਦਾ, ਜਦੋਂ ਮਥੁਰਾ 'ਤੇ ਕਬਜ਼ਾ ਕੀਤਾ। ਆਪ ਜੀ ਭਲੀ ਭਾਂਤ ਜਾਣਦੇ ਹੋ, ਮਥੁਰਾ ਹਿੰਦੂ ਵੀਰਾਂ ਦਾ ਬੜਾ ਮੁਕੱਦਸ ਅਸਥਾਨ ਹੈ। ਦੁਆਪਰ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਸਥਾਨ। ਇਸ ਲਈ ਸਾਡੇ ਸਤਿਕਾਰਯੋਗ ਹਿੰਦੂ ਵੀਰ ਇਸ ਸ਼ਹਿਰ ਨੂੰ ਇੱਕ ਪਵਿੱਤਰ ਅਸਥਾਨ ਮੰਨਦੇ ਨੇ, ਇਸ ਅਸਥਾਨ ਦੀ ਯਾਤਰਾ ਕਰਦੇ ਨੇ।
ਬੜੇ ਇਤਿਹਾਸਿਕ ਮੰਦਰ ਇਸ ਸ਼ਹਿਰ ਦੇ ਵਿੱਚ ਬਿਰਾਜਮਾਨ ਨੇ। ਤੁਜਕੇ ਬਾਬਰੀ ਦੇ ਵਿੱਚ ਮੁਗਲ ਬਾਦਸ਼ਾਹ ਨੇ ਜ਼ਿਕਰ ਕੀਤਾ, ਜਦੋਂ ਮਥੁਰਾ 'ਤੇ ਕਬਜ਼ਾ ਕੀਤਾ ਅਤੇ ਸਾਡੇ ਫੌਜੀਆਂ ਨੂੰ ਆਪਣੇ ਟਿਕਾਣੇ ਚਾਰ ਵੇਰਾਂ ਇੱਕ ਦਿਨ ਵਿੱਚ ਬਦਲਣੇ ਪਏ। ਆਪ ਜੀ ਜਾਣਦੇ ਹੋ, ਯੁੱਧ ਦੇ ਸਮੇਂ ਫੌਜਾਂ ਜੋ ਆਪਣਾ ਆਵਾਸ ਟਿਕਾਣਾ ਬਣਾਉਂਦੀਆਂ ਨੇ, ਕਈ ਪ੍ਰਕਾਰ ਦੇ ਤੰਬੂ ਆਦਿਕ ਲਾਏ ਜਾਂਦੇ ਨੇ। ਬਾਬਰ ਨੇ ਇਸ ਗੱਲ ਦਾ ਜ਼ਿਕਰ ਕੀਤਾ, ਲਗਭਗ 1,00,000 ਹਿੰਦੂਆਂ ਦਾ ਰੱਤ ਇੱਕੋ ਦਿਨ ਦੇ ਵਿੱਚ ਵਹਾਇਆ ਗਿਆ। ਲਗਭਗ 1,00,000 ਹੱਤਿਆ ਇੱਕ ਦਿਨ ਦੇ ਵਿੱਚ ਹੋਈ। ਇੰਨਾ ਕੁ ਰੱਤ ਵਗਿਆ ਕਿ ਹਰ ਪਾਸੇ ਰੱਤ ਦੇ ਹੜ ਆ ਗਏ ਅਤੇ ਬਾਬਰ ਦੇ ਫੌਜੀਆਂ ਨੂੰ ਆਪਣੇ ਟਿਕਾਣੇ ਚਾਰ ਵੇਰਾਂ ਪਿੱਛੇ ਕਰਨੇ ਪਏ। ਪਰ ਜੋ ਅਗਲੀ ਗੱਲ ਬਾਬਰ ਨੇ ਜ਼ਿਕਰ ਕੀਤੀ ਬਹੁਤ ਹੈਰਾਨਕੁਨ ਹੈ। ਉਹ ਲਿਖਦਾ, ਮੇਰੇ ਫੌਜੀਆਂ ਨੂੰ ਚਾਰ ਵੇਰਾਂ ਆਪਣੇ ਟਿਕਾਣੇ ਪਿੱਛੇ ਕਰਨੇ ਪਏ ਕਿਉਂਕਿ ਇੰਨਾ ਕੁ ਲਹੂ ਵਗਿਆ। ਅਤੇ ਨਾਲ ਉਹ ਇਹ ਵੀ ਜ਼ਿਕਰ ਕਰਦਾ ਕਿ ਅੱਜ ਮੈਂ ਸਕੂਨ ਦੀ ਨੀਂਦਰੇ ਸੋਵਾਂਗਾ, ਮੇਰਾ ਖੁਦਾ ਮੇਰੇ 'ਤੇ ਬੜਾ ਪ੍ਰਸੰਨ ਹੋਵੇਗਾ। ਆਪ ਜੀ ਭਲੀ ਭਾਂਤ ਜਾਣਦੇ ਹੋ, ਹਿੰਦੂ ਵੀਰ ਮੂਰਤੀ ਦਾ ਪੁਜਾਰੀ ਹੈ ਅਤੇ ਮੁਗਲਾਂ ਨੇ ਇਹਨਾਂ ਲਈ ਲਫਜ਼ ਵਰਤਿਆ ਸੀ ਕਾਫਰ। ਅਤੇ ਬਾਬਰ ਨੇ ਇਸ ਗੱਲ ਦਾ ਜ਼ਿਕਰ ਕੀਤਾ, ਅੱਜ ਖੁਦਾ ਮੇਰੇ 'ਤੇ ਬੜਾ ਪ੍ਰਸੰਨ ਹੋਵੇਗਾ ਕਿ ਮੈਂ ਬਹੁ ਗਿਣਤੀ ਦੇ ਵਿੱਚ ਅੱਜ ਕਾਫਰ ਦੀ ਹੱਤਿਆ ਕੀਤੀ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਮੇਂ ਦੇ ਉਹ ਬਾਦਸ਼ਾਹ ਕਿੰਨੇ ਜ਼ਾਲਮ ਹੋਣਗੇ। ਜੋ ਵਿਚਾਰ ਆਪ ਜੀ ਦੇ ਸਨਮੁਖ ਰੱਖਣ ਦਾ ਯਤਨ ਕੀਤਾ, ਭਾਵੇਂ ਹੱਥ ਵਿੱਚ ਸ਼ਸਤਰ ਫੜਿਆ ਪਰ ਸ਼ਾਸਤਰ ਦੀ ਸੋਝੀ ਨਹੀਂ। 1,00,000 ਹੱਤਿਆ ਕਰਨ ਤੋਂ ਬਾਅਦ ਵੀ ਸਮੇਂ ਦਾ ਜ਼ਾਲਮ ਬਾਦਸ਼ਾਹ ਬਾਬਰ ਇਹ ਆਖਦਾ ਕਿ ਅੱਜ ਮੈਂ ਸਕੂਨ ਦੀ ਨੀਂਦਰੇ ਸੋਵਾਂਗਾ। ਉਸ ਸਮੇਂ ਨੂੰ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ ਮੁੱਛ ਮੁੱਛ ਕੋਇਰ ਰੁਲਾਇਆ। ਕਈ ਸਿਆਣਿਆਂ ਨੇ ਕੁਝ ਉਪਾਅ ਕਰਨ ਦੀ ਗੱਲ ਕੀਤੀ, ਮੀਰ ਸੁਣਿਆ ਧਾਇਆ ਪਾਓ ਜਦੋਂ ਬਾਦਸ਼ਾਹ ਦੇ ਆਮਦ ਦੀ ਖਬਰ ਸੁਣੀ। ਕਈ ਯਤਨ ਕਰਨ ਦਾ ਯਤਨ, ਕਈ ਪ੍ਰਕਾਰ ਦੇ ਯਤਨ ਕਰਨ ਦੀ ਗੱਲ ਕੀਤੀ ਪਰ ਸਮੇਂ ਦੇ ਬ੍ਰਾਹਮਣ ਨੇ ਸਾਰਿਆਂ ਨੂੰ ਹਨੇਰੇ ਵਿੱਚ ਰੱਖਿਆ ਅਤੇ ਆਖਰ ਹਿੰਦੁਸਤਾਨ 'ਤੇ ਮੁਗਲਾਂ ਦਾ ਰਾਜ ਹੋ ਗਿਆ। ਕੋਈ ਮੁਗਲ ਨਾ ਹੋਵਾ ਅੰਧਾ, ਕਿੰਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣਵੇ ਮੈਂ ਤੇਗ ਵਗਾਈ, 19 ਤੁਪਕ ਤਾਣ ਚਲਾਈ, 19 ਹਸਤ ਚੜਾਈ। ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਬੰਦੂਕ ਦਾ। ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਬੰਦੂਕ ਅਤੇ ਬਾਰੂਦ ਲੈ ਕੇ ਬਾਬਰ ਹਮਲਾਵਰ ਹੋਇਆ ਸੀ। ਹਿੰਦੁਸਤਾਨ ਦੀ ਧਰਤੀ 'ਤੇ ਸਭ ਤੋਂ ਪਹਿਲਾਂ ਬੰਦੂਕ ਅਤੇ ਬਾਰੂਦ ਬਾਬਰ ਲੈ ਕੇ ਆਇਆ। ਉਹਨੇ ਤੁਪਕ ਤਾਣ ਚਲਾਈ, ਉਹਨੇ ਹਸਤ ਚੜਾਈ, ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਣਾ ਭਾਈ, ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕਰਾਣੀ, ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕਰਾਣੀ, ਇੱਕ ਨਾ ਪੇਰਨ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਹਿੰਦਵਾਣੀਆਂ, ਤੁਰਕਾਣੀਆਂ, ਠਕਰਾਣੀਆਂ, ਸਾਰਿਆਂ ਦੇ ਪਰਿਵਾਰ ਉੱਜੜ ਗਏ। ਕਿਸੇ ਦੇ ਸੀਸ ਤੋਂ ਲੈ ਕੇ ਪੈਰਾਂ ਤੱਕ ਪਾਏ ਹੋਏ ਬੁਰਕੇ ਪਾਟ ਗਏ,
ਕਿਸੇ ਦੇ ਬਸਤਰ ਲੀਰੋ ਲੀਰ ਹੋ ਗਏ। ਉਸ ਸਮੇਂ ਨੂੰ ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਮਰਮ ਦੇ ਨਾਲ ਸਨਮੁਖ ਰੱਖਿਆ, ਕਿਵੇਂ ਉਸ ਸਮੇਂ ਧਰਮ ਦੇ ਨਾਂ 'ਤੇ, ਰਾਜ ਦੇ ਨਾਂ 'ਤੇ ਪ੍ਰਜਾ ਦੇ ਨਾਲ ਧੱਕਾ ਹੋਇਆ ਅਤੇ ਅਖੌਤੀ ਸਿਆਣਿਆਂ, ਬ੍ਰਾਹਮਣਾਂ ਅਤੇ ਜੋਤਸ਼ੀਆਂ ਦੇ ਭਰਮ ਭੁਲੇਖੇ ਵਿੱਚ ਪਿਆ ਹਿੰਦੁਸਤਾਨ ਗੁਲਾਮ ਹੋ ਗਿਆ। ਜਿਨ ਕੇ ਬੰਕੇ ਘਰੀ ਨਾ ਆਇਆ, ਤਿਨ ਕਿਉਂ ਰਹਿਣ ਵਿਹਾਣੀ। ਜਿਨ੍ਹਾਂ ਦੇ ਪਤੀ ਪ੍ਰੀਤਮ ਮਾਰੇ ਗਏ ਜੰਗ ਵਿੱਚ, ਸ਼ਹੀਦ ਹੋ ਗਏ, ਉਹਨਾਂ ਨੂੰ ਭਲਾ ਕਿੱਥੋਂ ਨੀਂਦਰ ਆਵੇ, ਕਿਵੇਂ ਚੈਨ ਆਵੇ। ਇਹ ਹਿੰਦੁਸਤਾਨ ਪਰਾਇਆਂ ਦੇ ਹੱਥ ਚਲਾ ਗਿਆ, ਕਿਉਂਕਿ ਆਪਣਿਆਂ ਨੇ ਕੇਵਲ ਜੰਤਰ ਮੰਤਰ 'ਤੇ ਭਰੋਸਾ ਕੀਤਾ, ਕਦੇ ਸ਼ਸਤਰ ਇਕੱਤਰ ਕਰਨ ਦੇ ਜਾਂ ਸ਼ਸਤਰਧਾਰੀ ਹੋਣ ਦਾ ਯਤਨ ਨਹੀਂ ਸਨ ਕੀਤਾ। ਵੇਦਾਂ ਦੇ ਪਾਠ, ਮੰਤਰਾਂ ਦੇ ਜਾਪ, ਸ਼ਾਸਤਰ ਦੀ ਵਿੱਦਿਆ ਇਹਨਾਂ ਨੂੰ ਬਚਾ ਨਾ ਸਕੀ ਅਤੇ ਗੁਲਾਮ ਹੋ ਗਏ। ਇਸੇ ਲਈ ਸਤਿਗੁਰਾਂ ਨੇ ਸਿੱਖ ਨੂੰ ਇੱਕ ਨਿਵੇਕਲੀ ਸੋਚ ਬਖਸ਼ਿਸ਼ ਕੀਤੀ। ਫਿਰ ਬੇਨਤੀ ਕਰਾਂ, ਜਦੋਂ ਬਾਬਰ ਦੀ ਆਮਦ ਦਾ ਜ਼ਿਕਰ ਕਰੀਏ ਅਤੇ ਸਤਿਗੁਰਾਂ ਦੀ ਬਹੁਤੀ ਬਾਣੀ ਪਹਿਲੇ ਜਾਮੇ ਦੇ ਵਿੱਚ ਇਸ ਪ੍ਰਥਾਏ ਗੁਰੂ ਸਾਹਿਬ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸੈਤਾਨ ਵੇ ਲਾਲੋ। ਮੁਸਲਮਾਨੀਆਂ ਪੜ੍ਹੇ ਕਿਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਭਾਈ ਲਾਲੋ ਜੀ ਨੂੰ ਸਤਿਗੁਰਾਂ ਨੇ ਸਨਮੁਖ ਹੋ ਕੇ ਇਹ ਬਚਨ ਸਰਵਣ ਕਰਾਏ ਸਨ। ਇੱਕ ਬੇਨਤੀ ਕਰਾਂ ਗੁਰੂ ਸਵਾਰਿਓ, ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਸਮੁੱਚੇ ਸੰਸਾਰ ਦੇ ਵਿੱਚ ਸਿੱਖ ਜਗਤ ਵੱਲੋਂ ਬਹੁਤ ਤਿਆਰੀਆਂ ਆਰੰਭ ਕੀਤੀਆਂ ਨੇ। ਸਭ ਮੁਬਾਰਕ ਨੇ, ਪਰ ਵੇਖਣਾ ਕਿਤੇ ਪਿਛਲੇ ਦਹਾਕਿਆਂ ਵਾਂਗੂ ਜਾਂ ਹਰ ਸਾਲ ਦੀ ਤਰ੍ਹਾਂ ਜਿਵੇਂ ਗੁਰਪੁਰਬ ਮਨਾਏ ਜਾਂਦੇ ਨੇ, ਇਹ 550ਵੇਂ ਪ੍ਰਕਾਸ਼ ਦਿਹਾੜੇ ਵੀ ਐਵੇਂ ਨਾ ਲੰਘ ਜਾਣ। ਅੱਜ ਲੋੜ ਹੈ ਇੱਕ ਸੁਚੱਜੀ ਸੋਚ ਦੀ। ਜ਼ਿੰਦਗੀ ਬੀਤ ਗਈ ਗੁਰਪੁਰਬ ਮਨਾਉਂਦਿਆਂ, ਪਰ ਗੁਰਪੁਰਬ ਮਨਾਉਣ ਦੀ ਜਾਚ ਨਾ ਆਈ। ਕਈ ਵਾਰਾਂ ਇੱਕ ਬੇਨਤੀ ਕਰਦਾ ਹੁੰਦਾ, ਗੁਰਪੁਰਬ ਲਫਜ਼ ਬਹੁਤ ਹੀ ਢੁੱਕਵਾਂ ਅਤੇ ਸੁਚੱਜਾ ਲਫਜ਼ ਹੈ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ, ਕੁਰਬਾਨੀ ਅਤੇ ਨਾ ਗੁਰਸਿੱਖਾਂ ਭਾਵ ਭਗਤ ਗੁਰਪੁਰਬ ਕਰਨ ਦੇ। ਪਰ ਇਹ ਗੁਰਪੁਰਬ ਕਿਵੇਂ ਮਨਾਈਏ? ਕੇਵਲ ਨਗਰ ਕੀਰਤਨ, ਕੇਵਲ ਮੇਲੇ ਅਤੇ ਕੇਵਲ ਲੰਗਰ ਵਰਤਣੇ ਵਰਤਾਉਣੇ, ਪ੍ਰਸ਼ਾਦਾ ਛੱਕ ਕੇ ਘਰ ਆ ਜਾਣਾ, ਬਸ ਇਹ ਤਾਂ ਸਾਰੀ ਜ਼ਿੰਦਗੀ ਕਰਦੇ ਰਹੇ। ਪਰ ਆਖਰ ਸਾਡੇ ਜੀਵਨ ਵਿੱਚ ਸੁਧਾਰ ਕੀ ਹੋਇਆ? ਕੌਮ ਦਾ ਅਰਬਾਂ ਰੁਪਈਆ ਇੱਕੋ ਦਿਹਾੜੇ ਲਾ ਕੇ, ਖਰਚ ਕਰਕੇ, ਹੱਥ ਛੰਡ ਕੇ ਘਰਾਂ ਨੂੰ ਵਾਪਸ ਆ ਗਏ।
ਜ਼ਿੰਦਗੀ ਬੀਤ ਗਈ ਸ਼ਤਾਬਦੀਆਂ ਮਨਾਉਂਦੇ ਹਾਂ, ਜੈਕਾਰੇ ਛੱਡਦੇ ਹਾਂ, ਫੁੱਲਾਂ ਦੀ ਵਰਖਾ ਕਰਦੇ ਹਾਂ। ਇੱਕ ਬੇਨਤੀ ਕਰਾਂ, ਦਾਸ ਇਹਨਾਂ ਗੱਲਾਂ ਦਾ ਵਿਰੋਧੀ ਨਹੀਂ। ਦਾਸ ਵੀ ਇੱਕ ਪ੍ਰਬੰਧਕ ਹੋਣ ਦੇ ਨਾਤੇ ਇਹ ਸਮੁੱਚੀ ਕਾਰਜਸ਼ੈਲੀ ਦਾ ਹਿੱਸਾ ਹੈ। ਸਤਿਗੁਰਾਂ ਦਾ ਸਤਿਕਾਰ ਕਰੀਏ, ਰੱਜ ਕੇ ਫੁੱਲਾਂ ਦੀ ਵਰਖਾ ਕਰੀਏ, ਪਰ ਇੱਥੇ ਤੱਕ ਸੀਮਤ ਨਾ ਰਹਿ ਜਾਈਏ। ਗੁਰਪੁਰਬ ਲਫਜ਼ ਨੂੰ ਸੰਧੀ ਵਿਛੇਦ ਕਰੋ, ਵੱਖ ਵੱਖ ਪੜ੍ਹੋ, ਸ਼ਾਇਦ ਭਾਵਨਾ ਬਣ ਜਾਏ ਗੁਰੂ ਨਾਨਕ ਦੇ ਪ੍ਰਤੀ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਨਾ, ਕਿਵੇਂ ਮਨਾਉਣਾ ਹੈ ਗੁਰਪੁਰਬ, ਇਹ ਬੇਨਤੀ ਕਰਾਂ। ਜਦੋਂ ਸਤਿਗੁਰਾਂ ਦੇ ਸਨਮੁੱਖ ਹੱਥ ਜੋੜ ਖੜ੍ਹੇ ਅਰਦਾਸ ਕਰਦੇ ਹਨ ਤਾਂ ਭਾਵਨਾ ਕੀ ਬਣਾਉਣੀ ਹੈ? ਗੁਰ ਪੂਰਾ ਰੱਬ, ਗੁਰਪੁਰਬ। ਭਾਵਨਾ ਕੀ ਹੋਵੇ? ਗੁਰੂ ਨਾਨਕ ਹੀ ਰੱਬ ਹੈ ਅਤੇ ਰੱਬ ਹੀ ਗੁਰੂ ਨਾਨਕ ਹੈ। ਗੁਰੂ ਨਾਨਕ ਤੋਂ ਛੁੱਟ ਹੋਰ ਕੋਈ ਦੂਜਾ ਰੱਬ ਨਹੀਂ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰੂ ਨਾਨਕ ਹੀ ਰੱਬ ਹੈ, ਰੱਬ ਹੀ ਗੁਰੂ ਨਾਨਕ ਹੈ। ਗੁਰਪੁਰਬ ਲਫਜ਼ ਦੇ ਵਿੱਚ ਇਹ ਭੇਤ ਲੁਕਿਆ ਹੋਇਆ, ਗੁਰ ਪੂਰਾ ਰੱਬ, ਆਪ ਆਪੇ ਪਰਮੇਸ਼ਰ, ਹਰੀ ਦਾ ਨਿਜ ਰੂਪ, ਪਰਮਾਤਮਾ ਦਾ ਸਰੂਪ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਗੁਰੂ ਦੇ ਪ੍ਰਤੀ ਭਾਵਨਾ 'ਤੇ ਬਣੇ, ਸ਼ਰਧਾ 'ਤੇ ਬਣੇ। ਪਹਿਲਾਂ ਵੀ ਕਈ ਸਟੇਜਾਂ ਤੋਂ ਇੱਕ ਬੇਨਤੀ ਕੀਤੀ, ਗੁਰੂ ਸਵਾਰਿਓ, ਕੇਵਲ ਨਾਮ ਦੇ ਗੁਰਪੁਰਬ ਨਾ ਮਨਾਈਏ, ਸਗੋਂ ਨਾਮ ਜਪਦਿਆਂ ਗੁਰਪੁਰਬ ਮਨਾਈਏ। ਸਮੁੱਚੀ ਕੌਮ ਦੇ ਵਿੱਚ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਤਾਂ ਬਾਕਮਾਲ ਢੰਗ ਨਾਲ ਹੋ ਰਹੀਆਂ ਨੇ। ਹਰ ਇੱਕ ਸਿੱਖ ਉਤਸ਼ਾਹ ਵੱਸ ਹੋ ਕੇ ਇਹ ਸੇਵਾ ਨਿਭਾ ਰਿਹਾ, ਪਰ ਕੀ ਸਮੁੱਚੇ ਹਿੰਦੁਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਕੋਈ ਵੱਡੀ ਖਾਲਸਾ ਯੂਨੀਵਰਸਿਟੀ, ਕੋਈ ਵੱਡੇ ਹਸਪਤਾਲ ਵੱਖ ਵੱਖ ਸ਼ਹਿਰਾਂ ਵਿੱਚ, ਵੱਖ ਵੱਖ ਸਟੇਟਸ ਵਿੱਚ ਵੱਡੇ ਵਿਦਿਆਲੇ, ਕੋਈ ਮੈਡੀਕਲ ਇੰਸਟੀਟਿਊਟ, ਕੀ ਇਹਨਾਂ ਦੀ ਤਿਆਰੀ ਨਹੀਂ ਹੋਣੀ ਚਾਹੀਦੀ, ਤਾਂ ਜੋ ਆਉਣ ਵਾਲੇ 100 ਵਰ੍ਹਿਆਂ ਬਾਅਦ ਵੀ ਸਾਡੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗਾਂ ਨੇ ਗੁਰੂ ਨਾਨਕ ਸਾਹਿਬ ਦਾ 550 ਵਰ੍ਹੇ ਪ੍ਰਕਾਸ਼ ਦਿਹਾੜਾ ਕਿਵੇਂ ਮਨਾਇਆ ਸੀ? ਯਤਨ ਕਰੀਏ, ਇਸ ਸਿਸਟਮ ਦਾ ਹਿੱਸਾ ਬਣੀਏ। ਸਰਕਾਰਾਂ ਪਾਸੋਂ ਕੋਈ ਆਸ ਰੱਖਣ ਦੀ ਲੋੜ ਨਹੀਂ, ਸਗੋਂ ਸੱਚੀ ਸਰਕਾਰ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਜੋਦੜੀ ਕਰੀਏ। ਸਤਿਗੁਰੂ, ਸਾਨੂੰ ਗੁਰਪੁਰਬ ਮਨਾਉਣ ਦੀ ਜਾਚ ਆ ਜਾਵੇ, ਕਿਤੇ ਕੋਈ ਐਸੀ ਕਿਰਪਾ ਵਰਤ ਜਾਵੇ। ਸਤਿਗੁਰੂ, ਆਪ ਜੀ ਦਾ 550 ਵਰ੍ਹੇ ਪ੍ਰਕਾਸ਼ ਦਿਹਾੜਾ ਨਵੇਕਲੇ ਢੰਗ ਨਾਲ ਮਨਾਇਆ ਜਾਵੇ। ਘੱਟੋ ਘੱਟ ਆਪਣੀ ਆਪਣੀ ਜ਼ਿੰਦਗੀ ਵਿੱਚ ਗੁਰਪੁਰਬ ਨੂੰ ਮੁੱਖ ਰੱਖ ਕੇ ਸਮਝ ਕੇ ਇੱਕ ਸਹਿਜ ਪਾਠ ਕਰ ਸਕੀਏ। ਗੱਲਾਂ ਵਾਲੇ ਤਾਂ ਬਥੇਰੇ ਨੇ, ਅਸਾਂ ਕਿਵੇਂ ਮਨਾਉਣਾ? ਆਪਣੇ ਅੰਦਰ ਇੱਕ ਪ੍ਰਣ ਕਰ ਲਈਏ। ਕੌਮ ਦਾ ਅਰਬਾਂ ਰੁਪਈਆ ਇੱਕੋ ਦਿਹਾੜੇ ਖਰਚ ਕਰਕੇ, ਅਤੇ ਜੇ ਫਿਰ ਅਗਲੇ ਦਿਹਾੜੇ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾਉਣਾ ਅਤੇ ਮਾਫ਼ ਕਰਨਾ, ਫਿਰ ਗੁਰਪੁਰਬ ਮਨਾਉਣ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਰਹਿਮਤ ਕਰਨ, ਸਾਨੂੰ ਕਿਤੇ ਇਹ ਦਿਹਾੜੇ ਮਨਾਉਣ ਦੀ ਜਾਚ ਆ ਜਾਵੇ। ਸਾਨੂੰ ਰੱਖੜੀ ਮਨਾਉਣ ਦੀ ਜਾਚ ਹੈ, ਹੋਲੀ 'ਤੇ ਕਈ ਪ੍ਰਕਾਰ ਦੇ ਨਸ਼ੇ ਕਰਕੇ, ਹੋਰ ਕਈ ਪ੍ਰਕਾਰ ਦੇ ਢਕਵੰਝ ਕਰਕੇ ਰੰਗਾਂ ਨਾਲ ਖੇਡਣ ਦੀ ਜਾਚ ਹੈ, ਪਰ ਆਪਣੇ ਪੁਰਬ ਦਿਹਾੜੇ ਮਨਾਉਣ ਦੀ ਜਾਚ ਨਹੀਂ। ਕੇਵਲ ਗੱਲਾਂ ਨਾਲ ਭਲਾ ਨਹੀਂ ਹੋਣਾ। ਸੋ ਗੁਰੂ ਸਵਾਰਿਓ, ਦੋਏ ਕਰ ਜੋੜ ਇੱਕ ਬੇਨਤੀ ਕਰਾਂ,
ਸਿਸਟਮ ਦੇ ਵਿੱਚ ਆਈਏ, ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੇ ਦਿਹਾੜੇ ਮਨਾਈਏ, ਗੁਰਬਾਣੀ ਪੜ੍ਹਦਿਆਂ ਵਿਚਾਰ ਨੂੰ ਹਿਰਦੇ ਵਿੱਚ ਧਾਰਨ ਕਰੀਏ। ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰ ਸਿਉਂ ਜੋੜਿਆ। ਜਿੱਥੇ ਜਾਏ ਬਈਏ ਭਲਾ ਕਈ।